ਜਦੋਂ ਅੱਜ ਮੈਂ ਆਪਣੀ ਕੌਮ ਦੇ ਵੱਲ ਵੇਖਦਾ ਵਾਂ ਨਾ, ਅੱਜ ਸਾਡਾ ਨਾਤਾ ਜਿਹੜਾ ਹੈ ਨਾ, ਉਹ ਸ਼ਬਦ ਗੁਰੂ ਦੇ ਨਾਲੋਂ ਟੁੱਟਦਾ ਜਾ ਰਿਹਾ ਹੈ। ਗੁਰਦੁਆਰੇ ਬਹੁਤ ਬਣ ਚੁੱਕੇ ਨੇ, ਬਣਦੇ ਰਹਿਣਗੇ, ਬਣ ਰਹੇ ਨੇ, ਪਰ ਉਹ ਗੁਰਦੁਆਰੇ ਜਿਹੜੇ ਨੇ ਨਾ, ਉਸ ਨੂੰ ਅਸੀਂ ਕੇਵਲ ਇੰਨਾ ਕੁ ਬਣਾ ਦਿੱਤਾ ਹੈ ਜਿਵੇਂ ਦੂਜੇ ਲੋਕਾਂ ਦੇ ਧਾਰਮਿਕ ਸਥਾਨ ਹੁੰਦੇ ਨੇ, ਅਸੀਂ ਗੁਰਦੁਆਰਿਆਂ ਨੂੰ ਵੀ ਸੇਮ ਉਦਾਂ ਦਾ ਬਣਾ ਕੇ ਰੱਖਤਾ। ਜਿਵੇਂ ਹੁਣ ਤੁਸੀਂ ਕੋਈ ਬੰਦਾ ਮੰਦਿਰ ਦੇ ਵਿੱਚ ਜਾਵੇ, ਮੰਦਿਰ ਦੇ ਵਿੱਚ ਮੂਰਤੀ ਲੱਗੀ ਹੋਈ ਹੈ, ਉੱਥੇ ਹਿੰਦੂ ਵੀਰ ਜਾਂਦੇ ਨੇ, ਉਹ ਮੂਰਤੀ ਦੇ ਅੱਗੇ ਮੱਥਾ ਟੇਕਦੇ ਨੇ, ਪੰਡਿਤ ਜੀ ਦੇ ਕੋਲੋਂ ਪ੍ਰਸ਼ਾਦ ਲੈਂਦੇ ਨੇ, ਲੈ ਕੇ ਘਰ ਨੂੰ ਆ ਜਾਂਦੇ ਨੇ। ਇੰਨਾ ਹੀ ਕੰਮ ਹੈ ਨਾ ਮੰਦਿਰ ਦੇ ਵਿੱਚ। ਹੁਣ ਇਸੇ ਤਰ੍ਹਾਂ ਮੈਨੂੰ ਕਈ ਵਾਰੀ ਇੰਜ ਜਾਪਦਾ, ਅਸੀਂ ਗੁਰਦੁਆਰਿਆਂ ਨੂੰ ਵੀ ਉਸੇ ਤਰ੍ਹਾਂ ਦਾ ਬਣਾ ਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ ਹੋਇਆ। ਮੇਰੇ ਵਰਗਾ ਬੰਦਾ ਗਿਆ, ਮੱਥਾ ਟੇਕਿਆ, ਪ੍ਰਸ਼ਾਦਾ ਛਕਿਆ, ਕੜਾਹ ਪ੍ਰਸ਼ਾਦ ਲਿਆ, ਜੋੜੇ ਪਾਏ ਤੇ ਘਰ ਨੂੰ ਆ ਗਿਆ। ਇੱਕ ਗੱਲ ਚੇਤੇ ਰੱਖਿਓ, ਗੁਰਦੁਆਰਾ ਜਿਹੜਾ ਹੈ ਨਾ, ਇਹਨੂੰ ਇਸ ਤਰ੍ਹਾਂ ਦਾ ਨਾ ਸਮਝਿਓ ਵੀ ਇੱਥੇ ਗਏ ਤੇ ਕੇਵਲ ਮੱਥਾ ਟੇਕ ਕੇ ਆ ਗਏ ਤੇ ਕੰਮ ਪੂਰਾ ਹੋ ਗਿਆ। ਜਦੋਂ ਗੁਰਦੁਆਰੇ ਦੀ ਗੱਲ ਸਤਿਗੁਰੂ ਜੀ ਨੇ ਸਾਨੂੰ ਸਮਝਾਈ ਹੈ ਨਾ, ਤੇ ਬੜੀ ਪਿਆਰੀ ਵਿਚਾਰ ਦਿੱਤੀ ਹੈ, ਗੌਰ ਕਰਿਓ ਜਰਾ। ਗੁਰਬਾਣੀ ਦੇ ਪਾਤਸ਼ਾਹ ਕਹਿੰਦੇ ਨੇ, ਸਤ ਸੰਗਤ ਸਤਿਗੁਰ ਚੱਟ ਛਾਲ ਹੈ। ਚੱਟ ਛਾਲ ਦਾ ਮਤਲਬ ਹੁੰਦਾ ਸਕੂਲ। ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ ਨਾ, ਗੁਰਦੁਆਰੇ ਆ ਕੇ ਕੇਵਲ ਇੰਨਾ ਕੰਮ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਮੱਥਾ ਟੇਕਿਆ ਤੇ ਪ੍ਰਸ਼ਾਦ ਛਕਿਆ ਤੇ ਘਰ ਨੂੰ, ਨਹੀਂ। ਗੁਰਦੁਆਰਾ ਇੱਕ ਸਕੂਲ ਹੈ। ਆਪਾਂ ਆਪਣੇ ਬੱਚੇ ਨੂੰ ਸਕੂਲ ਭੇਜਦੇ ਹਾਂ ਕਾਹਦੇ ਵਾਸਤੇ? ਕੇਵਲ ਇੰਨੇ ਕੰਮ ਵਾਸਤੇ, ਬੇਟਾ ਜਾਈ ਪ੍ਰਿੰਸੀਪਲ ਨੂੰ ਮੱਥਾ ਟੇਕ ਕੇ ਵਾਪਸ ਆ ਜਾਈ। ਕੇਵਲ ਇੰਨਾ ਕੰਮ ਕਰਨ ਜਾਂਦਾ ਬੱਚਾ? ਨਹੀਂ, ਪੜ੍ਹਨ ਵਾਸਤੇ ਜਾਂਦਾ ਹੈ। ਉੱਥੇ ਜਾ ਕੇ 7-8 ਘੰਟੇ ਉਹਦੇ ਵੱਖਰੇ ਵੱਖਰੇ ਪੀਰੀਅਡ ਲੱਗਦੇ ਨੇ, ਉਹ ਪੜ੍ਹਦਾ ਹੈ ਉੱਥੇ ਜਾ ਕੇ। ਗੁਰੂ ਸਾਹਿਬ ਨੇ ਵੀ ਜਦੋਂ ਗੁਰਦੁਆਰੇ ਦਾ ਸਿਧਾਂਤ ਸਾਨੂੰ ਬਖਸ਼ਿਆ ਸੀ ਨਾ, ਇਹ ਗੁਰਦੁਆਰੇ ਦੀ ਇੱਕ ਸੰਸਥਾ ਸਾਨੂੰ ਦਿੱਤੀ ਸੀ। ਪਹਿਲਾ ਨਾਮ ਇਹਦਾ ਧਰਮਸ਼ਾਲ ਸੀਗਾ, ਬਾਅਦ ਚ ਨਾਮ ਪਿਆ ਗੁਰਦੁਆਰਾ। ਇੱਥੇ ਮੈਂ ਬੇਨਤੀ ਕਰਦਾ, ਕਈ ਲੋਕ ਇਹ ਵੀ ਕਹਿੰਦੇ ਗੁਰੂ ਘਰ, ਗੁਰੂ ਘਰ ਲਫ਼ਜ਼ ਕਹਿਣਾ ਗਲਤ ਹੈ। ਆਪਾਂ ਕੀ ਕਹਿ ਰਹੇ ਹਾਂ ਵੀ ਗੁਰੂ ਘਰ? ਆਪਾਂ ਕਿਸੇ ਨੂੰ ਪੁੱਛੋ ਕਿੱਥੇ ਚੱਲੇ ਜੀ, ਕਹਿੰਦੇ ਗੁਰੂ ਘਰ ਚੱਲੇ ਹਾਂ ਜੀ। ਇਹਦਾ ਮਤਲਬ ਗੁਰੂ ਘਰ ਕੇਵਲ ਉਹੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਜਿੱਥੇ ਪ੍ਰਚਾਰਕ ਆ ਕੇ ਬੋਲਦਾ, ਜਿੱਥੇ ਰਾਗੀ ਸਿੰਘ ਆ ਕੇ ਬੋਲਦੇ। ਆਪਾਂ ਗੁਰਦੁਆਰੇ ਨੂੰ ਗੁਰੂ ਘਰ ਦਾ ਨਾਮ ਦਿੱਤਾ? ਨਹੀਂ, ਗੁਰੂ ਦਾ ਘਰ ਤੇ ਪੂਰੀ ਦੀ ਪੂਰੀ ਕਾਇਨਾਤ ਹੀ ਹੈ। ਕਿਉਂ ਜੀ, ਸਹਿਮਤ ਜੇ ਨਾ? ਗੁਰੂ ਦਾ ਘਰ ਤੇ ਪੂਰੀ ਦੀ ਪੂਰੀ ਕਾਇਨਾਤ ਹੀ, ਜਿਸ ਘਰ 'ਚ ਮੈਂ ਵੀ ਰਹਿ ਰਿਹਾ ਉਹ ਵੀ ਤਾਂ ਗੁਰੂ ਘਰ ਹੀ ਹੈ, ਉਹ ਵੀ ਗੁਰੂ ਘਰ ਹੀ ਹੈ। ਕਿਉਂਕਿ ਗੁਰੂ ਦੇ ਵਿੱਚ ਤੇ ਰੱਬ ਦੇ ਵਿੱਚ ਭੇਦ ਕੋਈ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਤੇ ਪਰਮੇਸ਼ਰ ਇੱਕੋ ਹੀ ਨੇ। ਹੁਣ ਰੱਬ ਜਿਹੜਾ ਉਹ ਕਿੱਥੇ ਰਹਿੰਦਾ? ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ, ਪੁਕਾਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕੇਵਲ ਗੁਰਦੁਆਰਾ ਜਿਹੜਾ ਉਹ ਗੁਰੂ ਘਰ ਨਹੀਂ ਹੈ, ਮੇਰਾ ਘਰ ਵੀ ਗੁਰੂ ਘਰ ਹੀ ਹੈ। ਕਿਉਂਕਿ ਗੁਰੂ ਤਾਂ ਉੱਥੇ ਹੀ ਹੈ ਨਾ, ਗੁਰ ਮੇਰਾ ਸੰਗ ਸਦਾ ਹੈ, ਨਾਲੇ ਗੁਰੂ ਤੇ ਹਰ ਜਗ੍ਹਾ ਮੇਰੇ ਨਾਲ। ਗੁਰਦੁਆਰੇ ਵਾਸਤੇ ਕੇਵਲ ਇਹੀ ਲਫ਼ਜ਼ ਵਰਤਣਾ ਚਾਹੀਦਾ, ਗੁਰਦੁਆਰਾ। ਗੁਰੂ ਘਰ ਲਫ਼ਜ਼ ਗਲਤ ਹੈ। ਇੱਥੇ ਗੁਰਦੁਆਰਾ ਕੀ? ਗੁਰੂ ਦੇ ਦੁਆਰਾ ਅਸੀਂ ਸਿੱਖਣ ਵਾਸਤੇ ਆਉਂਦੇ ਹਾਂ ਇੱਥੇ ਕਿ ਰੱਬ ਤੱਕ ਕਿਵੇਂ ਪਹੁੰਚਿਆ ਜਾ ਸਕਦਾ। ਗੁਰੂ ਦੇ ਕੋਲੋਂ ਸਿੱਖਣ ਵਾਸਤੇ ਆਉਂਦੇ ਹਾਂ, ਗੁਰੂ ਦੇ ਕੋਲੋਂ ਕਲਾਸ ਲੈਣ ਵਾਸਤੇ ਆਉਂਦੇ ਹਾਂ।
ਹੇ ਗੁਰੂ ਪਾਤਸ਼ਾਹ ਸਾਨੂੰ ਸਮਝਾਓ ਕਿ ਅਸੀਂ ਉਸ ਮਾਲਕ ਜੀ ਨਾਲ ਰੱਬ ਜੀ ਨਾਲ ਸਾਂਝ ਕਿਵੇਂ ਬਣਾਈਏ, ਆਪਣੇ ਜੀਵਨ ਨੂੰ ਕਿਵੇਂ ਸਵਾਰੀਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਦਵੇਸ਼, ਈਰਖਾ ਨੇ ਸਾਡੇ ਅੰਦਰ ਹਾਹਾਕਾਰ ਮਚਾਈ ਹੋਈ ਹੈ। ਹੇ ਸੱਚੇ ਪਾਤਸ਼ਾਹ ਸਾਨੂੰ ਸਮਝਾ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਸਵਾਰੀਏ। ਗੁਰਦੁਆਰੇ ਤੋਂ ਆਪਾਂ ਇਹ ਸਿੱਖਣ ਆਉਣਾ, ਗੁਰਦੁਆਰੇ ਆ ਕੇ ਮੇਰਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪ ਬਾਣੀ ਨਾਲ ਜੁੜੀਏ, ਆਪ ਬਾਣੀ ਨਾਲ ਵਿਚਾਰੀਏ। ਗੁਰਦੁਆਰੇ ਤੋਂ ਅਸੀਂ ਲੈਸਨ ਲੈ ਕੇ ਜਾਣਾ ਤੇ ਘਰ ਜਾ ਕੇ ਉਸੇ ਲੈਸਨ ਨੂੰ ਹੋਰ ਅੱਗੇ ਵਿਚਾਰਨਾ। ਜਿਵੇਂ ਬੱਚਾ ਸਕੂਲੋਂ ਵੀ ਪੜ੍ਹਾ ਹੁੰਦਾ ਪਰ ਘਰ ਆ ਕੇ ਵੀ ਉਹਨੂੰ ਪੜ੍ਹਨਾ ਪੈਂਦਾ। ਇਸੇ ਕਰਕੇ ਪਾਤਸ਼ਾਹ ਨੇ ਚੱਟ ਛਾਲ ਲਫ਼ਜ਼ ਵਰਤਿਆ। ਸਤ ਸੰਗਤ, ਜਿੱਥੇ ਵੀ ਆਪਾਂ ਸਾਰੇ ਰਲ ਮਿਲ ਕੇ ਬਹਿੰਦੇ ਹਾਂ, ਜਿੱਥੇ ਵੀ ਸਤ ਸੰਗਤ ਹੁੰਦੀ ਹੈ, ਸਤ ਸੰਗਤ ਸਤਿਗੁਰ ਚੱਟ ਛਾਲ ਹੈ। ਇਹ ਚੱਟ ਛਾਲ ਹੈ, ਇਹ ਸਕੂਲ ਹੈ। ਜਿੱਤ ਹਰ ਗੁਣ ਸਿੱਖਾ, ਇੱਥੇ ਆ ਕੇ ਰੱਬੀ ਗੁਣਾਂ ਨੂੰ ਸਿੱਖਣਾ ਹੈ। ਇੱਥੇ ਆ ਕੇ ਸਤ ਸੰਤੋਖ, ਦਇਆ, ਧਰਮ, ਧੀਰਜ ਨੂੰ ਜੀਵਨ 'ਚ ਕਿਵੇਂ ਕਮਾਇਆ ਜਾਵੇ, ਇਹਨਾਂ ਵਿਚਾਰਾਂ ਨੂੰ ਸਿੱਖਣਾ ਹੈ। ਜੇ ਤੇ ਇਹਨਾਂ ਵਿਚਾਰਾਂ ਨੂੰ ਸਿੱਖਣ ਵਾਲੇ ਪਾਸੇ ਨੂੰ ਆਪਾਂ ਤੁਰਦੇ ਹਾਂ, ਫਿਰ ਤੇ ਫਾਇਦਾ ਗੁਰਦੁਆਰੇ ਬਣਾਏ ਦਾ। ਪਰ ਜੇ ਉੱਥੇ ਆ ਕੇ ਕੇਵਲ ਇੰਨਾ ਕੀ ਕਰਨਾ, ਮੱਥਾ ਟੇਕ ਕੇ ਮੁੜਨਾ, ਤੇ ਮਾਫ ਕਰਿਓ ਗੁਰੂ ਸਾਹਿਬ, ਫਿਰ ਇੱਕ ਗੱਲ ਹੋਰ ਕਹਿੰਦੇ ਨੇ ਬਾਣੀ ਦੇ ਵਿੱਚ, ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ। ਪ੍ਰਤੀਤ ਕਹਿੰਦੇ ਭਰੋਸੇ ਨੂੰ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਤੇ ਸ਼ਬਦ ਦੇ ਨਾਲ ਪਿਆਰ ਵੀ ਨਹੀਂ ਪਿਆ। ਹੁਣ ਵੇਖੋ ਸ਼ਬਦ ਨਾਲ ਪਿਆਰ ਕਦੋਂ ਪੈਣਾ ਸੀਗਾ, ਜਦੋਂ ਸ਼ਬਦ ਸਮਝ ਆਉਂਦਾ, ਜਦੋਂ ਕਲਾਸ ਲਾਈ ਹੁੰਦੀ, ਜਦੋਂ ਬਾਣੀ ਨੂੰ ਪੜ੍ਹਿਆ ਹੁੰਦਾ, ਬਾਣੀ ਨੂੰ ਵਿਚਾਰਿਆ ਹੁੰਦਾ, ਤਾਂ ਹੀ ਸ਼ਬਦ ਸਮਝ ਆਉਣਾ ਸੀ ਨਾ। ਹੁਣ ਸ਼ਬਦ ਸਮਝ ਨਹੀਂ ਆਇਆ, ਸ਼ਬਦ ਨਾਲ ਪਿਆਰ ਵੀ ਨਹੀਂ ਪਿਆ। ਜੇ ਸ਼ਬਦ ਨਾਲ ਪਿਆਰ ਨਹੀਂ ਪਿਆ ਤੇ ਭਰੋਸਾ ਆਪੇ ਨਹੀਂ ਸੀ ਬਣਨਾ, ਕਿਉਂ ਜੀ ਗੱਲ ਕਲੀਅਰ ਨਾ। ਭਰੋਸਾ ਤੇ ਤਾਂ ਹੀ ਬਣੇਗਾ ਨਾ ਜਦੋਂ ਕੁਝ ਸਮਝ ਆਵੇਗਾ। ਆਪਾਂ ਨੂੰ ਜਦੋਂ ਕਿਸੇ ਚੀਜ਼ ਦੇ ਉੱਤੇ ਭਰੋਸਾ ਵੱਜਦਾ ਤੇ ਕਦੋਂ ਵੱਜਦਾ, ਜਦੋਂ ਸਾਨੂੰ ਪਤਾ ਲੱਗ ਜਾਵੇ। ਆਪਾਂ ਮੰਨ ਲਓ ਦੁਕਾਨ ਤੇ ਗਏ, ਕੋਈ ਸਾਬਣ ਲੈ ਕੇ ਆਏ, ਆਪਾਂ ਕੋਈ ਨਵਾਂ ਸਾਬਣ ਆਇਆ, ਟੀਵੀ ਦੇ ਉੱਤੇ ਮਸ਼ਹੂਰੀ ਵੇਖੀ, ਮਸ਼ਹੂਰੀ ਵੇਖ ਕੇ ਆਪਾਂ ਕਹਿੰਦੇ ਸਾਬਣ ਲੈ ਕੇ ਆਈਏ। ਹੁਣ ਕਦੀ ਵਰਤ ਕੇ ਨਹੀਂ ਵੇਖਿਆ, ਹੁਣ ਸ਼ੱਕ ਹੈ ਵੀ ਇਹ ਵਧੀਆ ਨਿਕਲੇਗਾ ਜਾਂ ਨਹੀਂ ਨਿਕਲੇਗਾ, ਕਿਤੇ ਲਾ ਲਿਆ ਤੇ ਖੁਸ਼ਕੀ ਨਾ ਹੋ ਜਾਵੇ, ਸ਼ੱਕ ਹੈ ਨਾ। ਪਰ ਜਦੋਂ ਬੰਦਾ ਵਰਤ ਲੈਂਦਾ, ਵਰਤਣ ਤੋਂ ਬਾਅਦ ਉਹ ਸਾਬਣ ਵਧੀਆ ਰਿਹਾ, ਖੁਸ਼ਕੀ ਨਹੀਂ ਹੋਈ ਉਹਦੇ ਨਾਲ, ਤਾਂ ਬੰਦਾ ਕਹਿੰਦਾ ਇਹ ਸਾਬਣ ਵਧੀਆ, ਅਗਲੀ ਵਾਰੀ ਦੁਕਾਨ ਤੇ ਜਾਵਾਂਗੇ ਇਹੀ ਲੈ ਕੇ ਆਉਣਾ, ਭਰੋਸਾ ਵੱਜ ਗਿਆ, ਕਿਉਂ ਵਰਤ ਕੇ ਵੇਖਿਆ। ਇਸੇ ਤਰ੍ਹਾਂ ਬਾਣੀ ਨੂੰ ਜਿਨ੍ਹਾਂ ਨੇ ਆਪਣੇ ਜੀਵਨ 'ਚ ਵਰਤ ਕੇ ਵੇਖਿਆ ਨਾ, ਆਪਣੇ ਜੀਵਨ 'ਚ ਹੰਢਾ ਕੇ ਵੇਖਿਆ, ਭਰੋਸਾ ਉਹਨਾਂ ਦਾ ਵੱਜਣਾ। ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਸ਼ਬਦ ਨਾਲ ਪਿਆਰ ਤੇ ਪਿਆ ਨਹੀਂ ਤੇ ਨਾ ਭਰੋਸਾ ਵੱਜਾ। ਹੁਣ ਇਹ ਦੋਵੇਂ ਕੰਮ ਹੀ ਨਹੀਂ ਹੋਏ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। ਭਾਵੇਂ ਬੰਦਾ ਧਾਰਮਿਕ ਸਥਾਨ ਦੇ ਫਿਰ 100 ਗੇੜੇ ਵੀ ਮਾਰੀ ਜਾਵੇ ਨਾ, ਗੁਰੂ ਸਾਹਿਬ ਨੇ ਆਖਿਆ ਆਈ ਜਾ ਜਾਈ ਜਾ, ਆਈ ਜਾ ਜਾਈ ਜਾ, ਨਿਕਲਣਾ ਕੱਖ ਨਹੀਂ ਉਹਦੇ ਵਿੱਚੋਂ। ਗੱਲ ਆਪਾਂ ਇੱਥੋਂ ਸ਼ੁਰੂ ਕੀਤੀ ਸੀ ਨਾ ਵੀ ਗੁਰਦੁਆਰਾ ਕੀ ਹੈ, ਇੱਕ ਸਕੂਲ ਹੈ, ਇੱਥੇ ਪੜ੍ਹਨ ਵਾਸਤੇ ਆਉਣਾ, ਤੇ ਜੇ ਪੜ੍ਹੇਗਾ ਬੰਦਾ, ਕਹਿਣਾ ਮੰਨੇਗਾ, ਗੁਰੂ ਦੇ ਅਨੁਸਾਰ ਤੁਰੇਗਾ, ਫਿਰ ਹੀ ਗੱਲ ਹੈ ਨਾ। ਹੁਣ ਬੱਚਾ ਸਕੂਲ ਜਾਵੇ ਤੇ ਪ੍ਰਿੰਸੀਪਲ ਨੂੰ ਮੱਥਾ ਟੇਕ ਕੇ, ਬੂਟਿਆਂ ਨੂੰ ਪਾਣੀ ਪਾਵੇ, ਝਾੜੂ ਮਾਰੇ ਕਲਾਸ ਦੇ ਵਿੱਚ, 5-6 ਘੰਟੇ ਬਸ ਇਹੀ ਕੰਮ ਕਰਦਾ ਰਹੇ ਤੇ ਘਰ ਨੂੰ ਆ ਜਾਏ, ਦੱਸੋ ਪੇਪਰਾਂ 'ਚ ਪਾਸ ਹੋ ਜੂਗਾ, ਦੱਸਿਓ ਜੀ, ਨਹੀਂ ਹੋਣਾ ਨਾ। ਪਰ ਗੱਲ ਇੱਥੇ ਵੀ ਉਹੀ ਹੈ, ਇੱਥੇ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਇੱਥੇ ਆ ਕੇ ਲੰਗਰ ਸੇਵਾ ਕਰਨੀ ਹੈ, ਝਾੜੂ ਪੋਚੇ ਦੀ ਸੇਵਾ ਕਰਨੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਚੱਦਰ ਝਾੜਨ ਦੀ ਸੇਵਾ ਕਰਨੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਰ ਸਭ ਤੋਂ ਅਹਿਮ ਕੰਮ ਪਤਾ ਕੀ ਹੈ,
ਜੋ ਗੁਰ ਕਹੈ ਸੋਈ ਭਲ ਮੰਨੋ। ਜਿਹੜੀ ਗੱਲ ਗੁਰੂ ਜੀ ਸਮਝਾ ਰਹੇ ਨੇ ਨਾ, ਉਸ ਗੱਲ ਨੂੰ ਭਲਾ ਕਰਕੇ ਮੰਨ ਵੀ ਲੈਣਾ ਵੀ ਹੇ ਮੇਰਿਆ ਸੱਚਿਆ ਪਾਤਸ਼ਾਹ, ਜਿਹੜੀ ਵਿਚਾਰ ਤੁਸੀਂ ਦਿੱਤੀ ਹੈ ਨਾ, ਤੁਹਾਡੀ ਇਸ ਵਿਚਾਰ ਨੂੰ ਅਸੀਂ ਮੰਨਣ ਵਾਸਤੇ ਤਿਆਰ ਹਾਂ, ਤੁਹਾਡੀ ਵਿਚਾਰ ਨੂੰ ਮੰਨਣ ਵਾਸਤੇ ਤਿਆਰ ਹਾਂ। ਪਰ ਉਹਦੇ ਵਾਸਤੇ ਗੁਰੂ ਸਵਾਰਿਓ ਸਾਨੂੰ ਉਦਮ ਕਰਨਾ ਪਏਗਾ। ਅੱਜ ਸਾਡਾ ਨਾਤਾ ਬਾਣੀ ਦੇ ਨਾਲੋਂ ਟੁੱਟ ਚੁੱਕਿਆ ਹੈ। ਗੁਰਦੁਆਰਾ ਸੰਸਥਾ ਗੁਰੂ ਸਾਹਿਬ ਨੇ ਬਣਾ ਕੇ ਇਸ ਕਰਕੇ ਦਿੱਤੀ ਸੀ ਵੀ ਸਿੱਖ ਇੱਥੇ ਇਕੱਤਰ ਹੋਇਆ ਕਰਨ ਤੇ ਬਾਣੀ ਨੂੰ ਪੜ੍ਹਿਆ ਤੇ ਵਿਚਾਰਿਆ ਕਰਨ। ਪਰ ਜੇ ਗੁਰਦੁਆਰਾ ਬਣਾ ਕੇ ਵੀ ਇਹ ਕੰਮ ਨਹੀਂ ਹੁੰਦੇ ਫਿਰ ਕੰਮ ਖਰਾਬ ਹੈ। ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਉਹ ਹੋਣਾ ਚਾਹੀਦਾ ਜਿਹਨੂੰ ਪੂਰਨ ਤੌਰ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਨੌਲੇਜ ਹੋਵੇ, ਜਿਹੜਾ ਜਾਣਦਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ, ਤੇ ਅੱਗੇ ਸੰਗਤ ਤੱਕ ਉਪਦੇਸ਼ ਦ੍ਰਿੜ ਵੀ ਕਰਵਾ ਸਕੇ ਵੀ ਭਾਈ ਗੁਰੂ ਗ੍ਰੰਥ ਸਾਹਿਬ ਜੀ ਆਹ ਗੱਲ ਸਮਝਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਆਹ ਗੱਲ ਸਮਝਾਉਂਦੇ ਨੇ, ਤੇ ਅਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਤੁਰਨਾ। ਪਰ ਮਾਫ ਕਰਿਓ, ਮੈਂ ਸਾਰੇ ਗ੍ਰੰਥੀ ਸਿੰਘ ਵੀਰਾਂ ਦੀ ਗੱਲ ਤੇ ਨਹੀਂ ਕਰਦਾ, ਪਰ ਕਈ ਗ੍ਰੰਥੀ ਸਿੰਘ ਮੈਂ ਆਪਣੇ ਜੀਵਨ 'ਚ ਵਿਚਾਰੇ ਵੇਖੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਆਪ ਹੀ ਕੱਖ ਨਹੀਂ ਪਤਾ ਹੁੰਦਾ। ਪਤਾ ਕਿਉਂ? ਕਾਰਨ ਪਤਾ ਕੀ ਹੈ? ਕਿਉਂਕਿ ਕਈ ਵਾਰੀ ਆਪਾਂ ਗੁਰਦੁਆਰੇ 'ਤੇ ਪੈਸਾ ਲਾ ਕੇ ਬਹੁਤ ਬਣਾ ਲੈਂਦੇ ਹਾਂ, ਪਰ ਗੁਰਦੁਆਰੇ 'ਚ ਜਿਹੜੀ ਸਭ ਤੋਂ ਅਹਿਮ ਦੋ ਚੀਜ਼ਾਂ ਹੁੰਦੀਆਂ ਨੇ, ਮੈਂ ਕਈ ਥਾਵਾਂ ਉੱਤੇ ਵੇਖਿਆ ਕਰੋੜਾਂ ਰੁਪਈਆ ਲਾ ਕੇ ਨਾ, ਕਰੋੜਾਂ ਰੁਪਈਆ ਲਾ ਕੇ ਆਲੀਸ਼ਾਨ ਗੁਰਦੁਆਰਾ ਬਣਾਇਆ ਗਿਆ, ਪਰ ਜਦੋਂ ਗੱਲ ਆਈ ਸਾਊਂਡ ਸਿਸਟਮ ਦੇ ਉੱਤੇ ਤੇ ਗ੍ਰੰਥੀ ਦੇ ਉੱਤੇ, ਇੱਥੇ ਕੀਤੀ ਗਈ ਕੰਜੂਸੀ। ਗੁਰਦੁਆਰੇ ਦੀ ਬਿਲਡਿੰਗ ਆਲੀਸ਼ਾਨ ਕਰੋੜਾਂ ਰੁਪਈਆ ਲਾ ਕੇ, ਪਰ ਜਦੋਂ ਸਾਊਂਡ ਦੀ ਗੱਲ ਆਈ ਨਾ, ਸਾਊਂਡ ਕਿਵੇਂ ਦਾ ਹੋਵੇ? ਸਾਊਂਡ ਪਾਟਾ ਜਿਹਾ ਲਾਇਆ ਹੋਇਆ ਅੰਦਰ, ਜਿਹੜਾ ਮਤਲਬ ਕਿਸੇ ਕੰਮ ਦਾ ਨਹੀਂ। ਬੰਦਾ ਬੋਲੇ ਤੇ ਸੰਗਤ ਨੂੰ ਚੱਜ ਨਾਲ ਸੁਣਾਈ ਤੱਕ ਵੀ ਨਹੀਂ ਦਿੰਦਾ, ਉਹ ਪੀਂ ਪੀਂ ਕਰੀ ਜਾਂਦਾ ਵਿੱਚ, ਉਹਦੀ ਵਿਸਲ ਵੱਜੀ ਜਾਂਦੀ ਵਿੱਚ, ਉਹ ਕਦੀ ਆਵਾਜ਼ ਆ ਜਾਂਦੀ ਹੈ ਕਦੀ ਆਵਾਜ਼ ਨਹੀਂ ਆਉਂਦੀ, ਇੱਥੇ ਕੰਜੂਸੀ ਹੈ। ਗ੍ਰੰਥੀ ਸਿੰਘ ਸਿਆਣਾ ਹੋਵੇ, ਹੁਣ ਸਿਆਣਾ ਗ੍ਰੰਥੀ ਸਿੰਘ ਜਿਹੜਾ ਹੋਏਗਾ ਗੁਰਬਾਣੀ ਬਾਰੇ ਜਾਣਦਾ ਹੋਏਗਾ, ਅੱਛੀ ਤਨਖਾਹ ਵੀ ਲਏਗਾ, ਫਿਰ ਕਈ ਵਾਰੀ ਆਖੇ ਜਾਂਦਾ ਉਹ ਗ੍ਰੰਥੀ ਲੱਭ ਲਓ ਯਾਰ 2-2.5 ਹਜ਼ਾਰ ਦੇ ਵਿੱਚ ਮਿਲਦਾ ਹੋਵੇ। ਹੁਣ 2-2.5 ਹਜ਼ਾਰ ਵਾਲਾ ਗ੍ਰੰਥੀ ਕੀ ਕਰੇਗਾ? ਮਹੀਨਾ ਤੁਹਾਡਾ ਗੁਜ਼ਾਰਾ ਹੋ ਜਾਂਦਾ 2-2.5 ਹਜ਼ਾਰ ਦੇ ਵਿੱਚ, ਨਹੀਂ ਨਾ ਹੁੰਦਾ। ਹੁਣ 2-2.5 ਹਜ਼ਾਰ ਵਾਲਾ ਗ੍ਰੰਥੀ ਵੀ ਉਦਾਂ ਦਾ ਮਿਲਣਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕੱਖ ਨਹੀਂ ਪਤਾ ਹੋਣਾ, ਉਹ ਅਖੰਡ ਪਾਠ ਵੀ ਕਰੇਗਾ ਤੇ ਰਾਤੀ ਪੰਨੇ ਪਰਤ ਦੇਵੇਗਾ। ਹਿਸਾਬ ਕਿਤਾਬ ਬਣ ਚੁੱਕਿਆ ਨਾ ਸਾਡਾ। ਗੁਰਦੁਆਰਾ ਸੰਸਥਾ ਜਿਹੜੀ ਹੈ ਇਹ ਜੇ ਬਿਲਡਿੰਗ ਬਣਾਈ ਜਾਂਦੀ ਹੈ ਤੇ ਉੱਥੇ ਮੇਨ ਗੱਲ ਇਹੀ ਹੈ, ਕੇਵਲ ਮੱਥੇ ਟੇਕਣ ਵਾਲਾ ਸਬਜੈਕਟ ਨਾ ਕੇਵਲ ਰੱਖਿਓ। ਠੀਕ ਹੈ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਿਰ ਝੁਕਾਉਣਾ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਪਰ ਸਭ ਤੋਂ ਅਹਿਮ ਗੱਲ ਹੈ ਉੱਥੋਂ ਦੀ ਉਪਦੇਸ਼ ਕੀ ਦਿੱਤਾ ਜਾ ਰਿਹਾ, ਉੱਥੇ ਸੰਗਤਾਂ ਤੱਕ ਕੀ ਮੈਸੇਜ ਪਹੁੰਚਾਇਆ ਜਾ ਰਿਹਾ, ਗੁਰਦੁਆਰੇ ਦੇ ਕੰਮ ਪਤਾ ਕੀ ਨੇ, ਗੁਰਦੁਆਰੇ 'ਚ ਕੀ ਕੁਝ ਹੋਣਾ ਚਾਹੀਦਾ। ਸਵੇਰੇ ਸ਼ਾਮ ਗੁਰਬਾਣੀ ਦੀ ਕਥਾ ਹੋਵੇ, ਲੜੀਵਾਰ ਕਥਾ, ਜਪਜੀ ਸਾਹਿਬ ਤੋਂ ਕਥਾ ਆਰੰਭ ਕੀਤੀ ਜਾਵੇ, ਜਪਜੀ ਸਾਹਿਬ, ਸੋਧਰ ਦੀ ਬਾਣੀ, ਸੋਹਿਲਾ ਦੀ ਬਾਣੀ, ਸ਼੍ਰੀ ਰਾਗ ਦੇ ਸ਼ਬਦ, ਰੋਜ਼ਾਨਾ ਇੱਕ ਇੱਕ ਪੌੜੀ ਲੈ ਕੇ, ਇੱਕ ਇੱਕ ਸ਼ਬਦ ਲੈ ਕੇ ਉਹਦੀ ਵਿਚਾਰ ਸਾਂਝੀ ਕੀਤੀ ਜਾਵੇ, ਸੰਗਤਾਂ ਹੁੰਮ ਹੁਮਾ ਕੇ ਪਹੁੰਚਣ, ਗੁਰਬਾਣੀ ਨੂੰ ਸਿੱਖਿਆ ਜਾਵੇ। ਸੰਗਤਾਂ ਨੇ ਵੀ ਪੋਥੀਆਂ ਖੋਲੀਆਂ ਹੋਣ, ਪ੍ਰਚਾਰਕ ਵੀਰ ਵੀ ਜਿਹੜਾ ਉਹ ਪੋਥੀ ਖੋਲ ਕੇ ਸਮਝਾ ਰਿਹਾ ਹੋਵੇ ਗੁਰਬਾਣੀ, ਤੇ ਸੰਗਤ ਸਮਝ ਰਹੀ ਹੋਵੇ, ਵੇਖੋ ਕਿਆ ਨਜ਼ਾਰਾ, ਵੇਖਿਓ ਜੀਵਨ ਕਿਵੇਂ ਤਬਦੀਲ ਹੁੰਦੇ ਨੇ, ਕਿਉਂ ਗੁਰਬਾਣੀ ਨਾਲ ਸਾਂਝ ਪੈਂਦੀ। ਤੇ ਇੱਕ ਉਹ ਕੰਮ ਹੈ, ਭਾਈ ਸਾਹਿਬ ਨੇ ਸਵੇਰੇ ਨਿਤਨੇਮ ਕਰਤਾ, ਉਦੋਂ ਅੱਧੇ ਬੰਦੇ ਸੁੱਤੇ ਸੀ, ਅੱਧੇ ਇੱਧਰ ਉੱਧਰ ਫਿਰਦੇ ਸੀ, 2-4 ਜਾਣੇ ਗੁਰਦੁਆਰੇ ਆਏ,
ਮੱਥਾ ਟੇਕਿਆ, ਘਰ ਨੂੰ ਤੁਰ ਕੇ ਚਲੋ ਜੀ, ਉਹ ਅਸੀਂ ਆਖਤਾ ਜੀ ਜਾਂ ਆਏ ਜੀ ਗੁਰਦੁਆਰੇ ਹਾਜ਼ਰੀ ਲਵਾ ਆਏ ਹਾਂ। ਨਹੀਂ ਗੁਰੂ ਸਵਾਰਿਓ, ਉਹਦੇ ਨਾਲ ਗੱਲ ਨਹੀਂ ਜਪਣੀ। ਇੱਥੇ ਗੁਰਦੁਆਰੇ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ। ਉਹ ਸਿਆਣਾ ਗ੍ਰੰਥੀ ਸਿੰਘ ਜਿਹੜਾ ਹੋਵੇ ਉਹ ਬੱਚਿਆਂ ਦੀਆਂ ਕਲਾਸਾਂ ਲਾਵੇ, ਉਹ ਸਮਝਾਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਹ ਗੱਲ ਸਮਝਾਉਂਦੇ ਨੇ, ਬੱਚਿਓ ਅਸੀਂ ਇਸ ਅਨੁਸਾਰ ਤੁਰਨਾ, ਇਹ ਨੇ ਸਭ ਤੋਂ ਅਹਿਮ ਕੰਮ। ਤੇ ਫਿਰ ਮੈਂ ਬੇਨਤੀ ਕਰਾਂ, ਜਿਹੜਾ ਗ੍ਰੰਥੀ ਸਿੰਘ ਵੀ ਹੋਵੇ ਉਹ ਹਾਰੀ ਸਾਰੀ ਜਾਣਾ ਹੋਵੇ, ਸਿਆਣਾ ਹੋਵੇ, ਜਿਹਨੂੰ ਗੁਰਬਾਣੀ ਦੀ ਨੌਲੇਜ ਹੋਵੇ। ਤੇ ਇੱਕ ਗੱਲ ਹੋਰ ਚੇਤੇ ਰੱਖਿਓ, ਜੇ ਗ੍ਰੰਥੀ ਸਿੰਘ ਉਹੋ ਜਿਹਾ ਹੋ ਗਿਆ, ਹੋਏਗਾ ਨਾ, ਜਿਹਨੂੰ ਆਪ ਗੁਰਬਾਣੀ ਦੀ ਨੌਲੇਜ ਨਹੀਂ ਹੋਏਗੀ, ਉਹਨੇ ਬੇੜਾ ਤਾਰਨਾ ਕੀ, ਬੇੜਾ ਰੋੜ ਦਊਗਾ। ਜਿਸ ਬੰਦੇ ਨੂੰ ਆਪ ਨੂੰ ਕੁਝ ਨਹੀਂ ਪਤਾ ਉਹ ਕੀ ਕਰੇਗਾ, ਜਿਸ ਬੰਦੇ ਨੂੰ ਆਪ ਨੂੰ ਕੁਝ ਪਤਾ। ਹੁਣ ਤੁਸੀਂ ਡਾਕਟਰ ਦੇ ਕੋਲ ਜਾਓ, ਆਪਾਂ ਜਦੋਂ ਆਪਣੇ ਕਿਸੇ ਘਰ ਦੇ ਬੰਦੇ ਨੂੰ ਡਾਕਟਰ ਕੋਲ ਲੈ ਕੇ ਜਾਈਏ ਨਾ, ਕੋਈ ਬਿਮਾਰ ਹੋਵੇ, ਆਪਾਂ ਕਹਿੰਦੇ ਸਿਆਣੇ ਡਾਕਟਰ ਕੋਲ ਲੈ ਕੇ ਜਾਓ। ਕਿਉਂ? ਹਾਰੀ ਸਾਰੀ ਕੋਲ ਲੈ ਜਾਂਦੇ? ਨਹੀਂ, ਸਿਆਣਾ ਡਾਕਟਰ ਲੱਭਦੇ ਆਪਾਂ, ਜਿਹੜਾ ਇਲਾਜ ਕਰੇ ਤੇ ਸੋਹਣੇ ਢੰਗ ਨਾਲ ਇਲਾਜ ਕਰੇ, ਕਿਤੇ ਇੱਧਰ ਉੱਧਰ ਕਰਤਾ ਤੇ ਬੰਦਾ ਕਿਤੇ ਚੜ੍ਹਾਈ ਨਾ ਕਰ ਜਾਵੇ, ਸਿਆਣਾ ਡਾਕਟਰ ਲੱਭਦੇ ਆ ਨਾ। ਤੇ ਜਦੋਂ ਕੋਈ ਮੰਨ ਲਓ ਐਵੇਂ ਕਿਸੇ ਕੋਲ ਵੀ ਲੈ ਜਾਵੇ ਤੇ ਉੱਥੇ ਕੀ ਹੋਏਗਾ, ਉਹ ਸਾਡੇ ਘਰ ਦਾ ਬੰਦਾ ਚੜ੍ਹਾਈ ਕਰੂਗਾ ਜੇ ਹਾਰੀ ਸਾਰੀ ਕੋਲ ਲੈ ਗਏ ਐਵੇਂ ਕਿਸੇ ਕੋਲ ਵੀ। ਨਹੀਂ, ਉੱਥੇ ਆਪਾਂ ਵਧੀਆ ਲੱਭਦੇ ਹਾਂ। ਗੁਰੂ ਸਵਾਰੇ ਉੱਥੇ ਸਰੀਰ ਦੀ ਗੱਲ ਹੈ, ਇੱਥੇ ਜ਼ਮੀਰ ਦੀ ਗੱਲ ਹੈ। ਆ ਪਹਿਲਾਂ ਬੇਨਤੀ ਕੀਤੀ ਨਾ, ਮੌਤ ਤਿੰਨ ਪ੍ਰਕਾਰ ਦੀ, ਇੱਥੇ ਜ਼ਮੀਰ ਦੀ ਗੱਲ ਹੈ। ਜੇ ਤਾਂ ਚੰਗਾ ਗ੍ਰੰਥੀ ਸਿੰਘ ਹੋਏਗਾ ਨਾ, ਜ਼ਮੀਰਾਂ ਜਗਾ ਦੇਵੇਗਾ ਸਾਰਿਆਂ ਦੀਆਂ, ਤੇ ਜੇ ਐਵੇਂ ਹੀ ਹੋਇਆ ਹਾਰੀ ਸਾਰੀ ਜਿਹਾ, ਤਾਂ ਫਿਰ ਜ਼ਮੀਰਾਂ ਮਰਨਗੀਆਂ। ਕਿਉਂ? ਉਹਨੂੰ ਆਪ ਨੂੰ ਵੀ ਕੱਖ ਨਹੀਂ ਪਤਾ ਤੇ ਅੱਗੇ ਵੀ ਉਹਨੇ ਕੀ ਦੱਸਣਾ। ਹੁਣ ਸਿਆਣਾ ਗ੍ਰੰਥੀ ਸਿੰਘ ਤਾਂ ਰਹਿ ਸਕਦਾ ਜੇ ਪ੍ਰਬੰਧਕ ਕਮੇਟੀ ਸਿਆਣੀ ਹੈ, ਇਸ ਕਨੈਕਸ਼ਨ ਜੁੜੇ ਹੋਏ ਨੇ। ਸਿਆਣਾ ਗ੍ਰੰਥੀ ਸਿੰਘ ਤਾਂ ਹੀ ਰਹਿ ਸਕਦਾ ਹੈ ਜੇ ਪ੍ਰਬੰਧਕ ਕਮੇਟੀ ਸਿਆਣੀ। ਹੁਣ ਪ੍ਰਬੰਧਕ ਕਮੇਟੀ ਆਪ ਸਿਆਣੀ ਨਾ ਹੋਵੇ, ਮੈਂ ਖੁੱਲੀ ਜੀ ਗੱਲ ਕਰ ਰਿਹਾ, ਕਿਸੇ ਤੇ ਲਾ ਕੇ ਗੱਲ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਤੁਹਾਡੇ ਇੱਥੇ ਦਾ ਕੀ ਹਿਸਾਬ ਹੈ। ਜੇ ਪ੍ਰਬੰਧਕ ਕਮੇਟੀ ਸਿਆਣੀ ਹੈ ਫਿਰ ਸਿਆਣਾ ਗ੍ਰੰਥੀ ਸਿੰਘ ਹੋਵੇਗਾ। ਜੇ ਪ੍ਰਬੰਧਕ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ, ਮੈਂ ਕਈ ਥਾਵਾਂ ਦੇ ਉੱਤੇ ਜਾਂਦਾ, ਕਈ ਥਾਵਾਂ ਦੇ ਉੱਤੇ ਜਾ ਕੇ ਪਤਾ ਕੀ, ਉੱਥੇ ਜਦੋਂ ਜਾ ਕੇ ਹਿਸਾਬ ਕਿਤਾਬ ਵੇਖੀਦਾ, ਗ੍ਰੰਥੀ ਸਿੰਘ ਬੜਾ ਸਿਆਣਾ, ਮਤਲਬ ਗੁਰਮਤ ਦੇ ਬਾਰੇ ਜਾਣਦਾ, 3 ਸਾਲ ਦਾ ਉਹਨੇ ਕੋਰਸ ਕੀਤਾ, ਕਾਲਜ ਤੋਂ ਪੜ੍ਹਿਆ। ਹੁਣ ਉਹ ਸਿਆਣਾ, ਉਹ ਕਰਦਾ ਗੁਰਮਤ ਦੀ ਗੱਲ, ਅਤੇ ਪ੍ਰਬੰਧਕ ਕਮੇਟੀ ਵਾਲੇ ਜਿਹੜੇ, ਉਹਨਾਂ ਨੂੰ ਗੁਰਮਤ ਬਾਰੇ ਪਤਾ ਨਹੀਂ, ਉਹਨੂੰ ਟੋਕੀ ਜਾਣਗੇ, ਭਾਈ ਸਾਹਿਬ ਇੱਦਾਂ ਨਹੀਂ, ਇੱਦਾਂ ਗੱਲ ਕਰੀ ਜਾਂਦੀ, ਮਤਲਬ ਕੰਮ ਖਰਾਬ ਹੋ ਗਿਆ ਨਾ ਉੱਥੇ ਜਾ ਕੇ। ਫਿਰ ਮੈਂ ਕਈ ਵਾਰੀ ਕਹਿੰਦਾ ਹੁੰਦਾ, ਗ੍ਰੰਥੀ ਸਿੰਘ 3 ਸਾਲ ਦਾ ਕੋਰਸ ਕਰਕੇ ਕਾਲਜ ਦੇ ਵਿੱਚੋਂ ਬਾਹਰ ਆਇਆ, ਉਹ ਪੜ੍ਹਿਆ, ਉਹ ਐਜੂਕੇਟਡ ਪਰਸਨ ਹੈ, ਉਹ ਪੜ੍ਹ ਕੇ ਆਇਆ। ਮੈਂ ਕਹਿੰਦਾ ਪ੍ਰਬੰਧਕਾਂ ਦਾ ਵੀ ਇੱਕ ਕਾਲਜ ਖੁੱਲ੍ਹਣਾ ਚਾਹੀਦਾ, ਉੱਥੇ ਪ੍ਰਬੰਧਕ ਵੀ ਪੜ੍ਹਨ ਜਾ ਕੇ, ਤਾਂ ਕਿ ਗੱਲ ਬਰਾਬਰਤਾ ਦੀ ਰਹੇ। ਗੱਲ ਬਰਾਬਰਤਾ ਦੀ ਰਹੇ ਤਾਂ ਕਿ ਅਸੀਂ ਸੋਹਣੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਸੰਗਤ ਤੱਕ ਪਹੁੰਚਾ ਸਕੀਏ। ਪਰ ਜਦੋਂ ਇੱਦਾਂ ਹੁੰਦਾ ਨਾ ਵੀ ਕਿਸੇ ਦੀ ਕੋਈ ਵਿਚਾਰ ਹੈ, ਕਿਸੇ ਦੀ ਕੋਈ ਵਿਚਾਰ, ਆਮ ਤੁਸੀਂ ਪਰਿਵਾਰਾਂ ਦੇ ਵਿੱਚ ਹੀ ਕਿਉਂ ਨਾ ਵੇਖ ਲਓ, ਪਿਤਾ ਦੀ ਵਿਚਾਰ ਕੋਈ ਹੋਰ ਹੋਵੇ, ਮਾਂ ਦੀ ਵਿਚਾਰ ਕੋਈ ਹੋਰ ਹੋਵੇ, ਬੱਚਿਆਂ ਦੀ ਵਿਚਾਰ ਕੋਈ ਹੋਰ ਹੋਵੇ, ਤਾਂ ਕੀ ਹੋਊਗਾ, ਉੱਥੇ ਕਲੇਸ਼ ਹੀ ਪਊਗਾ। ਪਰ ਜਿੱਥੇ ਸੋਚ ਇੱਕ ਹੁੰਦੀ ਨਾ, ਆਮ ਤੁਸੀਂ ਪਤੀ ਪਤਨੀ ਦਾ ਰਿਸ਼ਤਾ ਹੀ ਲੈ ਲਓ, ਹੁਣ ਪਤੀ ਦੀ ਵਿਚਾਰ ਕੁਝ ਹੋਰ ਹੈ, ਪਤਨੀ ਦੀ ਵਿਚਾਰ ਕੁਝ ਹੋਰ ਹੈ। ਪਤੀ ਜਿਹੜਾ ਉਹ ਕਹਿੰਦਾ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਪਤਨੀ ਕਹਿੰਦੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ, ਮੈਂ ਫਲਾਣੇ ਬਾਬੇ ਨੂੰ ਮੰਨਦੀ। ਦੱਸੋ ਵਿਗੜ ਗਿਆ ਨਾ ਹਿਸਾਬ ਕਿਤਾਬ ਉੱਥੇ ਆ ਕੇ। ਹੁਣ ਪਤਨੀ ਕਿਸੇ ਜੋਤਸ਼ੀ ਪਾਂਧੇ ਬਾਬੇ ਕੋਲ ਤੁਰੀ ਹੋਵੇ, ਪਤੀ ਕਹਿੰਦਾ ਹੋਵੇ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ, ਹੁਣ ਦੋਨਾਂ ਦੀ ਵਿਚਾਰਧਾਰਾ ਮੈਚ ਨਹੀਂ ਹੋਣੀ ਉੱਥੇ। ਹੁਣ ਜਿੱਥੇ ਵਿਚਾਰਧਾਰਾ ਨਹੀਂ ਨਾ ਮਿਲਦੀ, ਉੱਥੇ ਲੜਾਈ ਹੁੰਦੀ ਹੈ,
ਉੱਥੇ ਕਲੇਸ਼ ਹੁੰਦਾ। ਅੱਜ ਤੁਸੀਂ ਝਾਤ ਮਾਰ ਕੇ ਵੇਖੋ, ਇੰਟਰਨੈਟ, ਫੇਸਬੁੱਕ, ਵਟਸਐਪ ਤੁਸੀਂ ਵਰਤਦੇ ਹੋਵੋਗੇ, ਅੱਜ ਤੁਹਾਨੂੰ ਗੁਰਦੁਆਰੇ 'ਚ ਪੱਗਾਂ ਲੱਥ ਦੀਆਂ ਨਜ਼ਰ ਆ ਜਾਣਗੀਆਂ। ਕਿਉਂ ਜੀ? ਵੀਡੀਓ ਵੇਖੀਆਂ ਨੇ ਨਾ ਤੁਸੀਂ ਵੀ, ਉਹ ਫਲਾਣੇ ਜੀ ਬਾਹਰ ਦੀਆਂ ਕੰਟਰੀਆਂ, ਅਮਰੀਕਾ ਤੱਕ ਦੇ ਗੁਰਦੁਆਰੇ, ਉਹ ਫਲਾਣੀ ਜਗ੍ਹਾ ਪੱਗਾਂ ਲੈ ਗਈਆਂ, ਕਿਰਪਾਨਾਂ ਨਿਕਲ ਆਈਆਂ ਜੀ ਫਲਾਣੀ ਜਗ੍ਹਾ। ਕਾਰਨ ਕੀ ਹੈ? ਸਾਰੇ ਅਖਬਾਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਪਰ ਪੱਗਾਂ ਉਤਰ ਰਹੀਆਂ ਨੇ, ਕਿਰਪਾਨਾਂ ਨਿਕਲ ਰਹੀਆਂ ਨੇ, ਲੜਾਈ ਝਗੜੇ ਕਿਉਂ ਹੈ? ਕਿਉਂਕਿ ਅਸੀਂ ਆਖਿਆ ਹੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਿੱਖ, ਪਰ ਬਣਨ ਵਾਸਤੇ ਤਿਆਰ ਨਹੀਂ ਹੈਗੇ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦੀ ਗੱਲ ਆਵੇਗੀ ਨਾ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਤਾਂ ਐਸਾ ਹੁੰਦਾ, ਉਹ ਕਿਸੇ ਨਾਲ ਐਵੇਂ ਝਗੜੇ ਨਹੀਂ ਕਰਦਾ। ਉਹ ਦਸਤਾਰ ਬਣਾਊਗਾ, ਦਸਤਾਰ ਉਤਾਰੂਗਾ ਨਹੀਂ, ਉਹ ਦਸਤਾਰ ਬਣਾਊਗਾ, ਦਸਤਾਰ ਉਤਾਰੂਗਾ ਨਹੀਂ। ਜਿਹੜੇ ਦਸਤਾਰਾਂ ਉਤਾਰਨ ਵਾਲੇ ਨੇ, ਸਮਝ ਲਿਓ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੇ ਨਹੀਂ, ਕੇਵਲ ਐਵੇਂ ਦਾਅਵੇ ਠੋਕੀ ਜਾਂਦੇ ਨੇ ਬਸ। ਪੱਲੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਹੀਂ ਹੈ, ਪੱਲੇ ਸੱਚ ਦੀ ਵਿਚਾਰ ਵੀ। ਮੈਂ ਫਿਰ ਬੇਨਤੀ ਕਰਾਂ, ਗੁਰਦੁਆਰਾ ਸਕੂਲ ਹੈ, ਇੱਥੇ ਆ ਕੇ ਸਿੱਖਣਾ ਹੈ, ਇੱਥੇ ਬੱਚਿਆਂ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ, ਇੱਥੇ ਪ੍ਰਚਾਰਕ ਜਿਹੜਾ ਹੋਵੇ, ਇੱਥੇ ਗ੍ਰੰਥੀ ਸਿੰਘ ਜਿਹੜਾ ਹੋਵੇ ਉਹ ਸਿਆਣਾ ਹੋਵੇ, ਤਾਂ ਕਿ ਸੰਗਤ ਨੂੰ ਸੋਹਣੇ ਢੰਗ ਨਾਲ ਉਹ ਸਮਝਾ ਸਕੇ। ਅਤੇ ਹੁਣ ਸੰਗਤ ਦੀ ਗੱਲ ਵੀ ਮੈਂ ਕਰਾਂ, ਅਸੀਂ ਵੀ ਸਿੱਖਣ ਵਾਸਤੇ ਤਿਆਰ ਹੋਈਏ। ਜੇ ਗ੍ਰੰਥੀ ਸਿੰਘ ਸਿਆਣਾ, ਫਿਰ ਸੰਗਤ ਵੀ ਸਿੱਖਣ ਵਾਸਤੇ ਤਿਆਰ ਹੋਵੇ, ਫਿਰ ਸੰਗਤ ਵਿੱਚੋਂ ਵੀ ਨੁਕਤਾਚੀਨੀ ਨਹੀਂ ਹੋਣੀ ਚਾਹੀਦੀ। ਲੈ ਭਾਈ ਸਾਹਿਬ ਨੇ ਵਰਤਾਂ ਦੇ ਬਾਰੇ ਕਿਉਂ ਬੋਲਤਾ ਜੀ? ਕਈ ਵਾਰੀ ਇੱਦਾਂ ਦੇ ਵੀ ਹੁੰਦੇ ਨੇ ਨਾ, ਭਾਈ ਨੂੰ ਕਹੀ ਜਾਣਾ, ਉਹ ਭਾਈ ਸਾਹਿਬ ਸਾਡੀ ਵੀ ਘਰ ਦੀ ਵਰਤ ਰੱਖਦੀ, ਤੁਸੀਂ ਵਰਤਾਂ ਬਾਰੇ ਬੋਲਤਾ, ਆ ਫਲਾਣਾ ਸ਼ਰਾਬ ਪੀਂਦਾ ਤਾਂ ਸ਼ਰਾਬ ਬਾਰੇ ਨਾ ਬੋਲਿਆ ਕਰੋ ਤੁਸੀਂ। ਕਈ ਵਾਰੀ ਇਹ ਵੀ ਚੀਜ਼ ਵੇਖਣ ਵਾਸਤੇ ਮਿਲ ਜਾਂਦੀ ਹੈ, ਕਿਉਂਕਿ ਬੁਲਾਰੇ ਨੂੰ ਬਹੁਤੀ ਵਾਰੀ ਬੁਲਾਇਆ ਵੀ ਆਪਣੇ ਹਿਸਾਬ ਨਾਲ ਜਾਂਦਾ। ਤੂੰ ਜਿਹੜੀ ਗੱਲ ਸਾਨੂੰ ਚੰਗੀ ਲੱਗਦੀ, ਹੁਣ ਮੰਨ ਲਓ ਸੰਗਤ 'ਚ 50 ਬੰਦੇ ਬੈਠੇ ਨੇ, ਕਿਸੇ ਨੂੰ ਇਤਰਾਜ਼ ਇਹ ਹੈ ਵੀ ਇਹ ਸ਼ਰਾਬ ਬਾਰੇ ਨਾ ਬੋਲੇ, ਕਿਸੇ ਨੂੰ ਇਹ ਗੱਲ ਹੈ ਵੀ ਇਹ ਜਾਤ ਪਾਤ 'ਤੇ ਨਾ ਬੋਲੇ, ਕਿਸੇ ਨੂੰ ਇਹ ਹੈ ਇਹ ਜੋਛੀ ਪਾਉਂਦੇ ਬਾਬਿਆਂ ਦੇ ਉੱਤੇ ਨਾ ਬੋਲੇ, ਕਿਸੇ ਨੂੰ ਇਹ ਹੈ ਇਹ ਜੀ ਫਲਾਣੀ ਉੱਥੇ ਮੜੀ ਬਣੀ ਹੈ ਉਹਦੇ ਬਾਰੇ 'ਚ ਨਾ ਬੋਲੇ, ਫਲਾਣੀ ਕਬਰ ਦੇ ਬਾਰੇ 'ਚ ਨਾ ਬੋਲੇ, ਇਹ ਜੀ ਇਹਦੇ ਬਾਰੇ ਨਾ ਬੋਲੇ, ਇਹਦੇ ਬਾਰੇ ਨਾ ਬੋਲੇ। ਹੁਣ 50 ਬੰਦੇ ਬੈਠੇ, 50 ਦੀ ਰਾਏ ਵੱਖਰੀ ਵੱਖਰੀ, ਅਤੇ ਫਿਰ ਪ੍ਰਚਾਰਕ ਬੋਲੇ ਕਾਹਦੇ ਬਾਰੇ 'ਚ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜਦੋਂ ਗੱਲ ਆਏਗੀ ਤਾਂ ਸਮੁੱਚੇ ਤੌਰ ਦੇ ਉੱਤੇ ਇਹ ਸਾਰੀਆਂ ਗੱਲਾਂ ਆ ਹੀ ਜਾਣੀਆਂ ਨੇ। ਹੁਣ ਜਿੱਥੇ ਇਹ ਗੱਲ ਆਏਗੀ, ਛੋਟੇ ਅੰਨ ਕਰੇ ਪਖੰਡ ਨਾ ਸੁਹਾਗਣ, ਨੌਰੰਡ ਵਰਤਾਂ ਦੀ ਗੱਲ ਆ ਗਈ, ਬੋਲਾਂ ਦੇ ਬਹਿਗਾ ਨਾ ਫਿਰ। ਜਿੱਥੇ ਗੁਰਬਾਣੀ 'ਚ ਇਹ ਗੱਲ ਆ ਗਈ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਸ਼ਰਾਬ ਦੀ ਗੱਲ ਆ ਗਈ, ਨਸ਼ੇ ਦੀ ਗੱਲ ਆ ਗਈ, ਬੋਲਣਾ ਤਾਂ ਪਏਗਾ ਨਾ ਫਿਰ। ਜਿੱਥੇ ਹੁਣ ਇਹ ਗੱਲ ਆ ਗਈ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ ਗਲੀ, ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਾਗ, ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਹੁਣ ਜਿੱਥੇ ਪਖੰਡੀਆਂ ਦੀ ਗੱਲ ਆ ਗਈ, ਬੋਲਣਾ ਤਾਂ ਪਏਗਾ ਨਾ ਉੱਥੇ ਫਿਰ। ਹੁਣ ਜੇ ਬੰਦਾ ਕਹੇ ਜੀ ਨਹੀਂ ਬੋਲਣਾ, ਫਿਰ ਉਹੀ ਗੱਲ ਪਹਿਲੇ ਵਾਲੀ ਗੱਲ ਆ ਗਈ, ਬੇਈਮਾਨੀ। ਹੁਣ ਲੋਕਾਂ ਨੂੰ ਆਪਣਾ ਜ਼ਮੀਰ ਮਾਰਨ ਦਾ ਸ਼ੌਂਕ ਹੋਏਗਾ, ਮਾਫ਼ ਕਰਿਓ ਮੈਨੂੰ ਜ਼ਮੀਰ ਮਾਰਨ ਦਾ ਸ਼ੌਂਕ ਨਹੀਂ ਹੈ। ਲੋਕੀ ਜ਼ਮੀਰ ਮਾਰ ਮਾਰ ਕੇ ਤੁਰਦੇ ਹੋਣਗੇ, ਉਹਨੂੰ ਅੱਛਾ ਲੱਗਦਾ ਹੋਏਗਾ, ਪਰ ਅਸਲ ਵਿੱਚ ਜਿਉਂਦਾ ਤਾਂ ਉਹੀ ਹੈ ਨਾ ਜਿਹੜਾ ਅੰਦਰੋਂ ਜਿਉਂਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਮਨ ਦੇ ਅੰਦਰ ਸੱਚੇ ਅਕਾਲ ਪੁਰਖ ਦੀ ਵਿਚਾਰ ਨਾ ਜੀਵਿਆ ਤੇ ਉਹ ਹੈ, ਜਿਉਂਦਾ ਤੇ ਅਸਲ ਦੇ ਵਿੱਚ ਉਹ ਹੈ। ਨਾਨਕ ਅਵਰ ਨਾ ਜੀਵੈ ਕੋਏ, ਹੋਰ ਤਾਂ ਕੋਈ ਜਿਉਂਦਾ ਹੀ ਨਹੀਂ, ਜਿਹੜਾ ਅੰਦਰੋਂ ਡੈਡ ਹੈ, ਜਿਹੜਾ ਅੰਦਰੋਂ ਮਰਿਆ ਪਿਆ, ਉਹ ਜੀਵ ਥੋੜ੍ਹਾ ਵੇਖ ਰਿਹਾ, ਉਹ ਜਿਉਂਦਾ ਹੀ ਨਹੀਂ ਪਿਆ, ਉਹ ਤੇ ਅੰਦਰੋਂ ਮਰ ਗਿਆ। ਉਹ ਤੇ ਗੁਰੂ ਸਾਹਿਬ ਸਾਨੂੰ ਅੰਦਰੋਂ ਦੀ ਬੰਦਾ ਕਿਵੇਂ ਜੀਵੇ ਇਹ ਵਿਚਾਰ ਸਮਝਾਉਂਦੇ ਨੇ, ਇਹ ਵਿਚਾਰ ਸਮਝਾਉਂਦੇ। ਜਦੋਂ ਤੱਕ ਸਾਡੇ ਪੱਲੇ ਵਿਚਾਰਾਂ ਨਹੀਂ ਨਾ ਆਉਂਦੀਆਂ,
ਸੱਚ ਕਰਕੇ ਜਾਣਿਓ ਗੁਰੂ ਸਵਾਰਿਓ ਤਦ ਤੱਕ ਗੱਲ ਨਹੀਂ ਜੇ ਬਣਨੀ।